ਜੰਮੂ ਕਸ਼ਮੀਰ ਦੇ ਗਵਰਨਰ ਦੇ ਐਡਵਾਈਜ਼ਰ ਫਾਰੂਕ ਖਾਨ ਪੂਰਵ ਐਲਜੀ ਲਕਸ਼ਦੀਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਤੇ ਉਹਨਾਂ ਦੇ ਨਾਲ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸੀ। ਗਵਰਨਰ ਫਾਰੂਕ ਖਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਪਰ ਉਸ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਜਗ੍ਹਾ ਤੇ ਖਾਸ ਤੌਰ ਤੇ ਮੱਥਾ ਟੇਕਣ ਲਈ ਆਏ ਹਾਂ ਅਤੇ ਅਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਤੇ ਸਾਰੇ ਦੇਸ਼ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਨੂੰ ਇਹ ਸ਼ੁਭ ਦਿਨ ਤੇ ਜੰਮੂ ਕਸ਼ਮੀਰ ਦੀ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹਾਂ। ਜੰਮੂ ਕਸ਼ਮੀਰ ਦੇ ਕੱਟੜਪੰਥੀ ਨੇਤਾਵਾਂ ਬਾਰੇ ਉਹਨਾਂ ਕਿਹਾ ਕਿ ਜੰਮੂ ਦੇ ਕੱਟੜਪੰਥੀ ਨੇਤਾ ਨੂੰ ਕਾਨੂੰਨੀ ਹਿਰਾਸਤ ਵਿੱਚੋਂ ਛੱਡ ਦਿੱਤਾ ਹੈ ਤੇ ਜਲਦੀ ਹੀ ਕਸ਼ਮੀਰ ਦੇ ਨੇਤਾ ਵੀ ਆਜ਼ਾਦ ਹੋ ਜਾਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉੱਥੇ ਮਾਹੌਲ ਸਹੀ ਹੁੰਦਾ ਜਾਵੇਗਾ, ਠੀਕ ਉਸੇ ਤਰ੍ਹਾਂ ਹੀ ਉੱਥੋਂ ਦੇ ਨੇਤਾਵਾਂ ਤੋਂ ਨਜ਼ਰਬੰਦੀ ਹਟਾਈ ਜਾਵੇਗੀ। ਜਦੋਂ ਉਹਨਾਂ ਕੋਲੋਂ ਪੁੱਛਿਆ ਕਿ ਲਾਲ ਚੌਂਕ ਵਿੱਚ ਬੰਬ ਧਮਾਕਾ ਹੋਇਆ ਤੇ 8 ਬੰਦੇ ਮਰ ਜਾਂਦੇ ਨੇ ਤੇ ਉੱਥੋਂ ਦੀ ਸਰਕਾਰ ਇਹ ਸਭ ਕੁਝ ਕਿਉਂ ਨਹੀਂ ਮੰਨਦੀ, ਤੇ ਉਹਨਾਂ ਕਿਹਾ ਕਿ ਉੱਥੇ ਵੀ ਤੁਹਾਡੇ ਹੀ ਪੱਤਰਕਾਰ ਭਰਾ ਨੇ, ਇਹ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ। ਉਹਨਾਂ ਕਿਹਾ ਕਿ ਇੱਕ ਅੱਧੇ ਗ੍ਰਨੇਡ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ, ਪੰਜਾਬ ਦੇ ਲੋਕਾਂ ਨੇ ਵੀ ਬੜੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਕਾਲੇ ਦਿਨ ਵੇਖੇ ਨੇ। ਜਿਸ ਤਰ੍ਹਾਂ ਪੰਜਾਬ ਵਿੱਚ ਉਗਰਵਾਦ ਦਾ ਖਾਤਮਾ ਹੋਇਆ ਸੀ, ਉਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਉਗਰਵਾਦ ਦੇ ਦਿਨ ਥੋੜੇ ਰਹਿ ਗਏ ਹਨ, ਉਹਨਾਂ ਦਾ ਵੀ ਜਲਦੀ ਖਾਤਮਾ ਕਰ ਦਿੱਤਾ ਜਾਵੇਗਾ, ਇਸ ਗੱਲ ਦਾ ਵੀ ਜਲਦੀ ਹੱਲ ਕੱਢ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਵੀ ਹੁਣ ਕਾਲੇ ਦਿਨ ਖਤਮ ਹੋ ਰਹੇ ਨੇ, ਕਿਸੇ ਵੀ ਗੱਲ ਦਾ ਹੱਲ ਕੱਢਣ ਲਈ ਥੋੜਾ ਸਮਾਂ ਲੱਗਦਾ ਹੈ। ਇਸ ਮੌਕੇ ਤੇ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਸਾਰਿਆਂ ਨੂੰ ਮਾਲੂਮ ਹੈ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਾ ਸਿਲਸਿਲਾ ਚੱਲ ਰਿਹਾ ਜਿਹੜਾ ਹਾਲੀ ਅੱਗੇ ਚੱਲੇਗਾ 12 ਨਵੰਬਰ ਤੱਕ ਵੀ, ਔਰ ਉਸਦੇ ਨਾਲ ਨਾਲ ਦੋ ਦਿਨਾਂ ਦੇ ਵਿੱਚ ਆਪਣੇ ਚੌਥੇ ਸਿੱਖ ਗੁਰੂ ਗੁਰੂ ਰਾਮਦਾਸ ਜੀ ਦਾ ਵੀ ਪਾਵਨ ਪ੍ਰਕਾਸ਼ ਪੁਰਬ ਹੈ। ਅਤੇ ਉਸ ਸਿਲਸਿਲੇ ਵਿੱਚ ਵੀ ਇੱਕ ਤਾਂ ਸੋਚਿਆ ਕਿ ਆ ਕੇ ਤਾਂ ਇੱਥੇ ਆਪਣੀ ਜ਼ਾਤੀ ਤੌਰ ਦੇ ਉੱਪਰ ਵੀ ਇੱਥੇ ਮੱਥਾ ਟੇਕ ਕੇ ਅਤੇ ਸੀਸਾਂ ਲਈਏ, ਔਰ ਦੂਸਰਾ ਸਾਰੇ ਪੰਜਾਬ ਨੂੰ, ਸਾਰੀ ਸਿੱਖ ਸੰਗਤ ਨੂੰ, ਸਾਰਿਆਂ ਨੂੰ, ਸਾਰੇ ਵਿਸ਼ਵ ਨੂੰ ਇਸ ਪਾਵਨ ਜਿਹੜਾ ਮੌਕਾ ਆਉਣ ਵਾਲਾ ਹੈ ਉਸਦੇ ਉੱਪਰ ਜੰਮੂ ਕਸ਼ਮੀਰ ਦੀ ਸਟੇਟ ਐਡਮਿਨਿਸਟ੍ਰੇਸ਼ਨ, ਜੰਮੂ ਕਸ਼ਮੀਰ ਦੀ ਐਡਮਿਨਿਸਟ੍ਰੇਸ਼ਨ, ਉਸਦੇ ਨਾਲ ਨਾਲ ਜਿਹੜੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਲੋਕ ਨੂੰ, ਉਹਨਾਂ ਸਾਰਿਆਂ ਵੱਲੋਂ ਵੀ ਅਸੀਂ ਵਧਾਈਆਂ ਦੇਣ ਆਏ। ਸਰ, ਜੰਮੂ ਦੇ ਵਿੱਚ ਜੰਮੂ ਮੇਂ ਜੋ ਪੋਲੀਟਿਕਲ ਲੀਡਰਸ਼ਿਪ ਛੋੜੇ ਗਏ ਸੀ, ਕਸ਼ਮੀਰ ਕੇ ਕਬ ਛੋੜੇਗੇ ਜੋ ਹਾਊਸ ਐਸਪੀ ਹੈ? ਕਸ਼ਮੀਰ ਕੇ ਵੀ ਆਪ ਦੇਖ ਰਹੇ ਹੈ ਕਿ ਛੁੱਟ ਰਹੇ ਹੈ, ਹਰ ਇੱਕ ਕੇਸ ਕੋ ਸੈਪਰੇਟ ਸੈਪਰੇਟ ਕਰਕੇ ਅਸੈਸ ਕੀਆ ਜਾਤਾ ਹੈ, ਔਰ ਅਸੈਸਮੈਂਟ ਕੇ ਜ਼ਰੀਏ ਤਾਂ ਕਾਫੀ ਸਾਰੇ ਕਸ਼ਮੀਰੀ ਲੀਡਰ ਵੀ ਛੋੜੇ ਜਾ ਚੁੱਕੇ ਹੈ। ਆਗੇ ਵੀ ਇਹ ਸਿਲਸਿਲਾ ਦੇਖੇਂਗੇ ਜੂੰ ਜੂੰ ਸਿਚੁਏਸ਼ਨ ਠੀਕ ਹੋਤੀ ਹੈ, ਔਰ ਇਹ ਮਹਿਸੂਸ ਕੀਆ ਜਾਤਾ ਕਿ ਅਬ ਇਨਕਾ ਛੋੜਨਾ ਜੋ ਹੈ ਵੋ ਕੋਈ ਫਰਕ ਨਹੀਂ ਡਾਲੇਗਾ ਲਾਅ ਐਂਡ ਆਰਡਰ ਪਰ ਜਾਂ ਪੀਸ ਕੇ ਉੱਪਰ, ਤੋ ਉਨਕੋ ਛੋੜਾ ਜਾਏ। ਸਰ, ਅਬ ਬਾਤ ਹੋਤਾ ਕਿ ਫੋਨ ਨੈਟਵਰਕ ਸ਼ੁਰੂ ਕੀਆ ਜਾਏਗਾ, ਕੱਲ ਗ੍ਰਨੇਡ ਪੈ ਗਿਆ, 8 ਬੰਦੇ ਵੀ ਜ਼ਖਮੀ ਹੋਏ ਸੀ ਲਾਲ ਚੌਂਕ ਪਰ, ਪਰ ਉਹ ਚੀਜ਼ ਕੋ ਕਿਉਂ ਨਹੀਂ ਜ਼ਿਆਦਾ ਹਾਈਲਾਈਟ ਕੀਆ ਜਾਤਾ, ਫੋਨ ਇੰਟਰਨੈਟ ਐਸੀ ਚੀਜ਼ ਕੋ ਹਾਈਲਾਈਟ ਕੀਆ? ਦੇਖੀਏ, ਇਹ ਤੋ
अब जो आपके भाई बंद वहाँ पे हैं वो हाईलाइट करते हैं या हाईलाइट नहीं करते, मैं उनके बारे में नहीं कहूँगा, लेकिन एक आधा ग्रेनेड का वहाँ पे पड़ जाना कोई बहुत बड़ी बात नहीं है, उसका भी हमने इलाज कर लेना है। आपने देखा पिछले दिनों से फाइट चल रहा था, अभी तक आगे भी चलेगा, और एक ग्रेनेड से कोई घबराने वाली बात नहीं। पंजाब के भी भाइयों ने बड़ा लंबा अरसा देखा हुआ है उग्रवाद, कश्मीर का उग्रवाद उसी तरीके से अब अपने आखिरी सांस ले रहा है, और वो उसके लास्ट वाले सांस भी जो हैं वो भी खत्म करवा दिए जाएंगे। ब्यूरो रिपोर्ट, सिख एक्सप्रेस न्यूज़।